ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਸਪੈਕਟ੍ਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, ਰੋਕੂ ਟੀਵੀ, ਸ਼ਾਵਾ ਟੀਵੀ, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, TV84 ਨੂੰ ਸ਼ੁਰੂ ਹੋਇਆ 5 ਸਾਲ ਦਾ ਸਮਾਂ ਪੂਰਾ ਹੋ ਚੁੱਕਿਆ ਤੇ ਲੰਘੇ ਵੀਕਐਂਡ ਐਤਵਾਰ ਨੂੰ ਇੱਥੇ ਨਿਊਯਾਰਕ ਸਿਟੀ ਦੇ ਵਿੱਚ TV84 ਦਾ ਸਾਲਾਨਾ ਫੰਡ ਰੇਜ਼ਿੰਗ ਗਾਲਾ ਹੋਇਆ ਸੀ। ਇਸ ਸਮਾਗਮ ਦੇ ਵਿੱਚ ਜਿੱਥੇ ਦੂਰ ਦੁਰਾਡਿਆਂ ਤੋਂ ਪੰਥਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ, ਉੱਥੇ ਸੰਗਤ ਦਾ ਵੀ ਭਰਵਾਂ ਸਹਿਯੋਗ ਦੇਖਣ ਨੂੰ ਮਿਲਿਆ। ਸੋ ਓਵਰਆਲ TV84 ਦੇ ਇਹਨਾਂ 5 ਸਾਲਾਂ ਦੇ ਵਿੱਚ ਕੀ ਕਾਰਗੁਜ਼ਾਰੀ ਰਹੀ ਹੈ ਤੇ ਸਿੱਖ ਐਂਗਲ ਤੋਂ, ਸਿੱਖ ਮੀਡੀਆ ਦੇ ਤੌਰ 'ਤੇ TV84 ਦਾ ਰੋਲ ਕੀ ਰਿਹਾ, ਇਸ ਬਾਬਤ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਅਤੇ ਇਹਨੂੰ ਦੁਸ਼ਮਣ ਦੇ ਖੈਮੇ ਦੇ ਵਿੱਚ ਬਾਕੀ ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਪੰਥਕ ਮੀਡੀਆ ਕਿਵੇਂ ਡਿਫਰੈਂਟ ਹੈ, TV84 ਕਿਵੇਂ ਵੱਖਰਾ ਬਾਕੀ ਮੀਡੀਆ ਨਾਲੋਂ, ਇਸ ਬਾਬਤ ਵੀ ਅੱਜ ਅਸੀਂ ਵਿਚਾਰ ਕਰਾਂਗੇ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਈਸ ਪ੍ਰੈਜ਼ੀਡੈਂਟ ਸਰਦਾਰ ਗੁਰਦੇਵ ਸਿੰਘ ਮਿਸ਼ਿਗਨ ਤੋਂ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਗੁਰਦੇਵ ਸਿੰਘ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਅਮਰਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ TV84 ਦੀ ਸਮੂਹ ਟੀਮ ਨੂੰ ਲੱਖ ਲੱਖ ਵਧਾਈ ਇਸ ਗੱਲ ਦੀ ਕਿ ਜਿਨ੍ਹਾਂ ਨੇ ਪਿਛਲੇ 5 ਸਾਲ ਦੇ ਵਿੱਚ ਬੜੀ ਅਣਥੱਕ ਮਿਹਨਤ ਕਰਕੇ ਇਹ 5 ਸਾਲ ਬੜੇ ਮਾਣ ਮੱਤੇ ਇਤਿਹਾਸ ਸਿਰਜਿਆ ਇੱਕ। ਸੋ ਇਹਨਾਂ ਸਭ ਨੂੰ ਬਹੁਤ ਬਹੁਤ ਵਧਾਈ ਸਭ ਤੋਂ ਪਹਿਲਾਂ। ਥੈਂਕ ਯੂ ਜੀ, ਥੈਂਕ ਯੂ। ਗੁਰਦੇਵ ਸਿੰਘ ਜੀ, ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰੀਏ ਇਸੇ ਤੋਂ। ਫੰਡ ਰੇਜ਼ਿੰਗ ਗਾਲਾ ਦਾ ਜਿਹੜਾ ਸਮਾਗਮ ਹੋਇਆ, ਤੁਸੀਂ ਵੀ ਉੱਥੇ ਸ਼ਿਰਕਤ ਕੀਤੀ ਹੈ, ਓਵਰਆਲ ਜੋ ਮਾਹੌਲ ਸੀ ਉਹਦੇ ਤੋਂ ਵੀ ਤੁਸੀਂ ਜਾਣੂ ਹੋ ਕਿਉਂਕਿ ਤੁਸੀਂ ਆਪ ਅੱਖੀਂ ਦੇਖਿਆ। ਸੋ ਕਿਵੇਂ ਦਾ ਮਹਿਸੂਸ ਕੀਤਾ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਕੇ ਓਵਰਆਲ, ਅਤੇ TV84 ਦੀ ਜੋ ਕਾਰਗੁਜ਼ਾਰੀ ਹੈਗੀ ਹੈ, ਜੋ ਉੱਥੇ ਵੀ ਸਮਾਗਮ ਦੇ ਵਿੱਚ ਵੀ ਜੋ ਤੁਹਾਨੂੰ ਦੇਖਣ ਨੂੰ ਮਿਲਿਆ, ਤੁਸੀਂ ਮਹਿਸੂਸ ਕੀਤਾ, ਉਸ ਬਾਬਤ ਕੀ ਕਹਿਣਾ ਚਾਹੋਗੇ? ਇਸ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਇਹ ਕਾਫਲਾ ਕੁਝ ਗੁਰੂ ਨੂੰ ਪੰਥ ਪਿਆਰ ਕਰਨ ਵਾਲਿਆਂ ਨੇ ਰਲ ਕੇ ਸ਼ੁਰੂ ਕੀਤਾ ਸੀ, ਇਹ ਕਾਫਲਾ ਹਰ ਸਾਲ ਵੱਧਦਾ ਜਾ ਰਿਹਾ ਹੈ। ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਸੀ ਕਿ ਸਾਡੀ ਨਵੀਂ ਜਨਰੇਸ਼ਨ ਹੈ ਜਿਹੜੀ, ਉਹ ਇਸ ਵੇਲੇ ਉੱਠ ਕੇ ਤੁਰ ਪਈ ਹੈ। ਸੋ ਸਾਡੀਆਂ ਲੋਕਲ ਸੰਗ ਜਿਹੜੀਆਂ ਨਿਊਯਾਰਕ ਦੇ ਵਿੱਚ ਆਲੇ ਦੁਆਲੇ ਗੁਰਦੁਆਰਾ ਕਮੇਟੀ ਸਾਹਿਬ ਕਮੇਟੀ ਹੈ, ਔਰ ਜਿਹੜੇ ਹੋਰ ਪੰਥ ਦਰਦੇ ਉੱਥੇ ਪਹੁੰਚੇ, ਇਸ ਵਿੱਚ ਸਾਡੇ ਕਾਫੀ ਨਿਊ ਜਨਰੇਸ਼ਨ ਜਿਹੜੀ ਸੀ ਉਹ ਇਨਵੋਲਵ ਸੀਗੀ, ਜਿਹਦੇ ਵਿੱਚ ਇੱਕ ਸਰਦਾਰ ਸਵਰਨ ਸਿੰਘ ਜੀ ਖਾਲਸਾ ਔਰ ਆਨ ਯੂਨੀਵਰਸਿਟੀ ਦੇ ਬੱਚੇ, ਜਿਹੜੇ ਕਈ ਉਹ ਸਿੰਘ ਜਿਹੜੇ ਇਸ ਵੇਲੇ ਕਾਰੋਬਾਰ ਨਾਲ ਵੀ ਰੁੱਝੇ ਹੋਏ ਨੇ, ਜਿਹਨਾਂ ਨੇ ਆਪਦੀ ਸਪੀਚਿਸ ਵੀ ਕੀਤੀਆਂ ਨੇ, ਜੋ ਇਹ ਚੜ੍ਹਤ ਦੀ ਦਿੱਖ ਮੈਨੂੰ ਦੇਖਣ ਲਈ ਮਿਲੀ ਹੈ ਉੱਥੇ, ਇਸ ਨੂੰ ਮੈਂ ਬਹੁਤ ਪੋਜ਼ਿਟਿਵ ਲੈ ਰਿਹਾ ਹਾਂ। ਕਿਉਂਕਿ ਜਦੋਂ ਤੁਸੀਂ ਪੋਜ਼ਿਟਿਵ ਪਾਸੇ ਨੂੰ ਚਾਹ ਰਹੇ ਹੋ, ਕੋਈ ਵੀ ਚੀਜ਼ ਓਵਰ ਨਾਈਟ ਕਦੀ ਵੀ ਕੰਪਲੀਟ ਨਹੀਂ ਹੁੰਦੀ, ਉਹਨੂੰ ਆਪਦੇ ਨਿਸ਼ਾਨੇ ਤੱਕ ਜਾਣ ਲਈ ਸਮਾਂ ਲੱਗਦਾ ਹੈ, ਪਰ ਜਿਸ ਤੇਜ਼ੀ ਦੇ ਨਾਲ, ਜਿਸ ਦ੍ਰਿੜਤਾ ਦੇ ਨਾਲ TV84 ਦੀ ਟੀਮ ਨੇ, TV84 ਨੇ ਆਪਦੀਆਂ ਮੰਜ਼ਿਲਾਂ ਨੂੰ ਛੋਹਿਆ ਹੈ, ਉਹ ਇੱਕ ਮਿਸਾਲ ਹੈ। ਸੋ ਅਸੀਂ ਆਉਣ ਵਾਲੇ ਸਮੇਂ ਤੋਂ ਬੜੀਆਂ ਆਸਾਂ ਕਰਦੇ ਹਾਂ ਇਸ ਗੱਲ ਤੋਂ, ਤੇ ਬਹੁਤ ਜਿਸ ਤਰ੍ਹਾਂ ਦੀ ਉੱਥੇ ਇੱਕ ਚੜ੍ਹਤ ਦੇਖਣ ਨੂੰ ਮਿਲੀ ਹੈ, ਹਰ ਇੱਕ 'ਚ ਹੌਸਲਾ ਮਿਲਿਆ, ਉੱਥੇ ਬਹੁਤ ਚੜ੍ਹਦੀ ਕਲਾ ਵਾਲਾ ਸੀਗਾ, ਉਹ ਬਹੁਤ ਹੀ ਇੱਕ ਕਹੋ ਕਿ ਹਰ ਪ੍ਰਾਣੀ ਉੱਥੋਂ ਬੂਸਟ ਹੋ ਕੇ ਗਿਆ ਹੈ, ਹਰ ਪ੍ਰਾਣੀ ਚੜ੍ਹਦੀ ਕਲਾ 'ਚ ਹੋ ਕੇ ਗਿਆ ਹੈ, ਹੋਰ ਉਪਰਾਲੇ ਤੇ ਹਿੰਮਤ ਕਰਨ ਦਾ ਹੌਸਲਾ ਲੈ ਕੇ ਗਿਆ ਹੈ। ਸੋ ਇਹ ਬਹੁਤ ਹੀ ਵਧੀਆ ਉਪਰਾਲਾ ਸੀ ਜਿਸ ਤਰੀਕੇ ਨਾਲ ਔਰਗੇਨਾਈਜ਼ ਕੀਤਾ ਗਿਆ ਸੀ, ਬੜੇ ਛੋਟੇ ਜਿਹੇ ਸਮੇਂ 'ਚ, 2-3 ਵੀਕ ਦੇ ਸਮੇਂ ਦੇ ਵਿੱਚ ਜੋ ਅਰੇਂਜ ਕੀਤਾ ਗਿਆ, ਜਿਵੇਂ ਉੱਥੇ ਲੋਕਾਂ ਦੇ ਆ ਕੇ ਉਹਨੇ ਸੰਗਤਾਂ ਨੇ ਉੱਥੇ ਆ ਕੇ ਆਪਦਾ ਯੋਗਦਾਨ ਪਾਇਆ, ਇਹ ਬਹੁਤ ਹੀ ਜ਼ਿਆਦਾ ਸ਼ਲਾਘਾਯੋਗ ਹੈ। ਜੀ ਬਿਲਕੁਲ ਗੁਰਦੇਵ ਸਿੰਘ ਜੀ, ਤੇ ਜਦੋਂ ਅਸੀਂ ਸਿੱਖ ਮੀਡੀਆ ਦੀ ਗੱਲ ਕਰਦੇ ਹਾਂ, ਸਿੱਖ ਨੈਰੇਟਿਵ ਨੂੰ ਸਿੱਖ ਸੰਗਤਾਂ ਤੱਕ ਤੇ ਬਾਕੀ ਕਮਿਊਨਿਟੀਜ਼ ਤੱਕ ਪਹੁੰਚਾਉਣ ਦੇ ਲਈ ਹੀ TV84 ਦੀ ਸ਼ੁਰੂਆਤ ਹੋਈ ਸੀ। ਸੋ ਇਸ ਮੰਤਵ ਦੇ ਨਾਲ ਜਦੋਂ ਅਸੀਂ ਦੇਖਦੇ ਹਾਂ ਪਿਛਲੇ 5 ਸਾਲਾਂ ਦੇ ਵਿੱਚ, ਕਿੰਨਾ ਕੁ ਸਮਝਦੇ ਹੋ ਵੀ TV84 ਇਸ ਮਕਸਦ ਦੇ ਨਾਲ ਜਾਂ ਆਪਣੇ ਲੋਕਾਂ ਤੱਕ, ਹੋਰ ਕਮਿਊਨਿਟੀਜ਼ ਤੱਕ ਆਊਟਰੀਚ ਕਰਨ ਦੇ ਹਵਾਲੇ ਨਾਲ ਜਿਹੜਾ ਇਹ
ਇਸ ਵੈਂਚਰ ਇਹਦੀ TV84 ਦੀ ਸ਼ੁਰੂਆਤ ਹੋਈ ਸੀ ਉਹਦੇ 'ਚ ਕਿੰਨਾ ਕੁ ਕਾਮਯਾਬ ਹੋ ਸਕਿਆ ਜਾਂ ਉਸ ਕੌਜ਼ ਦੇ ਨਾਲ ਕਿੰਨੀ ਕੁ ਵਫਾ ਨਿਭਾ ਸਕਿਆ? ਇਸ ਤਰ੍ਹਾਂ ਹੈ ਕਿ TV84 ਕੀ ਡਾਕਟਰ ਸਾਹਿਬ ਡਾਕਟਰ ਅਮਰਜੀਤ ਸਿੰਘ ਜੀ ਜੋ ਪੰਥ ਦਰਦ ਲੈ ਕੇ ਜਿਨ੍ਹਾਂ ਨੇ ਸਾਰਾ ਜੀਵਨ ਇਸ ਪਾਸੇ ਆਪਦਾ ਕੁਰਬਾਨ ਕੀਤਾ, ਮੈਨੂੰ ਉਹ ਘੜੀ ਯਾਦ ਹੈ ਜਦੋਂ ਡਾਕਟਰ ਸਾਹਿਬ ਦੀ ਸਪੀਚ ਸ਼ਿਕਾਗੋ ਦੇ ਵਿੱਚ ਸੀ ਜਦੋਂ ਕੁਲਦੀਪ ਨਈਅਰ ਆਇਆ ਹੋਇਆ ਸੀ, ਪਹਿਲੀ ਕੈਸਟ ਰਿਕਾਰਡ ਕਰਕੇ ਅਸੀਂ ਘਰ ਘਰ ਪਹੁੰਚਾਉਣ ਦਾ ਉਪਰਾਲਾ ਕੀਤਾ ਸੀ ਸਭ ਨੇ ਰਲ ਮਿਲ ਕੇ। ਉਹ ਸਾਡੇ ਕੋਲ ਬੜਾ ਕੁਝ ਇੰਨੇ ਸੋਰਸ ਵੀ ਨਹੀਂ ਸਨ, ਪਰ ਉਸ ਲਈ ਅਸੀਂ ਕਈਆਂ ਗੁਰਦੁਆਰਿਆਂ ਤੱਕ ਅਪਰੋਚ ਕਰਦੇ ਸਨ, ਕਈਆਂ ਗੁਰਦੁਆਰਿਆਂ ਦੀਆਂ ਕਮੇਟੀਆਂ ਪੈਰ ਨਹੀਂ ਚਲਾਉਂਦੀ, ਖਾਲਿਸਤਾਨ ਦੀ ਗੱਲ ਕਰਨ ਤੋਂ ਡਰਦੀ ਸੀ। ਇਹ ਪਲੇਟਫਾਰਮ ਸਾਨੂੰ ਇਹੋ ਜਿਹਾ ਮਿਲਿਆ ਹੈ ਕਿ ਅਸੀਂ ਜਿਹੜੇ ਪੰਥ ਦਰਦ ਨੂੰ ਸੁਣਨ ਵਾਲੇ ਸੀ, ਅਸੀਂ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚ ਨਹੀਂ ਸਕਦੀ। ਇਸ ਵੇਲੇ ਦੁਨੀਆਂ ਤੇ ਲੜਾਈ ਹੈ, ਪਹਿਲੇ ਦੁਨੀਆਂ ਤੇ ਲੜਾਈ ਵੱਖਰੇ ਵੱਖਰੇ ਤਰੀਕੇ ਨਾਲ ਲੜੀ ਜਾ ਰਹੀ ਹੈ, ਕਦੇ ਹਥਿਆਰਬੰਦ ਸੰਘਰਸ਼ ਹੁੰਦਾ ਹੈ, ਪਰ ਅੱਜ ਦੇ ਯੁੱਗ 'ਚ ਜਿਹੜਾ ਮੀਡੀਆ ਦਾ ਰੋਲ ਹੈ ਉਹ ਬਹੁਤ ਪਾਵਰਫੁਲ ਹੈ ਜੀ। ਉਸਨੇ ਜੇ ਤੁਸੀਂ ਦੇਖੋ ਕਿ ਜੇ ਹਿੰਦੁਸਤਾਨ ਦੀ ਆਪਾਂ ਪਿਛਲੀ ਮੋਦੀ ਦੀ ਗੌਰਮੈਂਟ ਦੇਖੀਏ ਤਾਂ ਮੀਡੀਏ ਨੇ ਸਾਰਾ ਰੋਲ ਅਦਾ ਕਰਕੇ ਝੂਠ ਨੂੰ ਸੱਚ ਬਣਾ ਕੇ ਉਹਨੂੰ ਜਿਤਾਇਆ, ਇਹ ਸਭ ਨੂੰ ਪਤਾ ਹੈ, ਜੋ ਥੋੜਾ ਬਹੁਤਾ ਵੀ ਉਸ ਚੀਜ਼ ਨਾਲ ਜੁੜੇ ਹੋਏ ਹਨ ਉਹ ਜਾਣਦੇ ਹਨ ਜੀ। ਜੇ ਅੱਜ ਅਮਰੀਕਾ ਦੇ ਵਿੱਚ ਸੁਪਰ ਪਾਵਰ ਹੋਣ ਦੇ ਬਾਵਜੂਦ ਵੀ ਇਹਨਾਂ ਦਾ ਮੀਡੀਏ ਦਾ ਕਿੰਨਾ ਵੱਡਾ, ਕਿਵੇਂ CNN ਜਾਂ ਫੋਕਸ ਜਾਂ ਇਹ ਚੈਨਲ ਇਹਨਾਂ ਨੇ ਕੀਤੇ ਹੋਏ ਨੇ, ਸਭ ਨੂੰ ਪਤਾ ਕਿ ਇਹਨਾਂ ਚੈਨਲਾਂ ਦੇ ਪਿੱਛੇ ਕੌਣ ਕੌਣ ਬੈਠਾ ਹੈ ਆਪਦੀ ਗੱਲ ਕਰਾਉਣ ਲਈ। ਸੋ ਇਸ ਚੀਜ਼ ਤੋਂ ਬਿਨਾਂ ਅਸੀਂ ਕਦੀ ਸਰਵਾਈਵ ਨਹੀਂ। ਜਿਸ ਗੱਲ ਲਈ ਸਾਨੂੰ ਇਕੱਲੇ ਇਕੱਲੇ ਗੁਰਦੁਆਰਾ ਸਾਹਿਬ ਤੇ ਇਕੱਲੀਆਂ ਇਕੱਲੀਆਂ ਜਗ੍ਹਾ ਤੇ ਜਾ ਕੇ ਤਰਲੇ ਕਰਨੇ ਪੈਂਦੇ ਸਨ, ਅੱਜ ਸਾਡੇ ਕੋਲ ਪਲੇਟਫਾਰਮਾਂ ਗਿਆ ਵੀ ਸਾਨੂੰ ਕਿਤੇ ਜਾਣ ਦੀ ਲੋੜ, ਇੱਕ ਜਗ੍ਹਾ ਤੋਂ ਬੈਠ ਕੇ ਅਸੀਂ ਆਪਦੀ ਗੱਲ ਕੁੱਲ ਦੁਨੀਆਂ ਤੱਕ ਪਹੁੰਚਾ ਸਕਦੇ ਹਾਂ। ਅੱਜ ਲੜਾਈ ਹੈ ਮੀਡੀਆ ਦਾ ਯੁੱਗ ਹੈ ਜੀ। ਸਭ ਤੋਂ ਲੜਾਈ ਲੜਨ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਹਾਨੂੰ ਆਪਦੀ ਕੌਮ ਦੇ ਵਿੱਚ ਅਵੇਅਰਨੈਸ ਲਿਆਂਦੀ ਜਾਵੇ। ਕਦੀ ਸਿੰਘ ਜੰਗਲਾਂ 'ਚ ਲੁਕਦੇ ਸਨ, ਕਦੀ ਸਿੰਘ ਗਰੀਲੇ ਵਾਰ ਲੜਦੇ ਸਨ, ਪਰ ਅੱਜ ਆ ਸਾਡੇ ਜੰਗਲ ਵੀ ਸਾਡੇ ਗਰੀਲੇ ਵਾਰ ਵੀ ਸਾਡੀ ਸੰਗਤ ਆ, ਸਾਡੇ ਸਿੱਖ ਜਿਹੜੇ ਆ ਉਹ ਹੀ ਨੇ ਜੀ। ਜੇ ਕੌਮ ਅਵੇਅਰਨੈਸ ਹੋ ਜਾਏ, ਅਵੇਅਰਨੈਸ ਆ ਜਾਏ, ਕੌਮ ਨੂੰ ਪਤਾ ਲੱਗ ਜਾਏ ਕਿ ਅਸੀਂ ਆਪਦੀ ਲੜਾਈ ਕਿਵੇਂ ਲੜਨੀ ਹੈ, ਬਹੁਤ ਹੀ ਸਾਡੀ ਜਿਹੜੀ ਆ ਪੜ੍ਹਨ ਲਿਖਣ ਦਾ ਸ਼ੌਕ ਸਾਡੇ 'ਚ ਬਹੁਤ ਘੱਟ ਆ, ਅਗਿਆਨਤਾ ਕਰਕੇ ਹੀ ਅਸੀਂ ਗਲਤੀਆਂ ਕਰਦੇ ਹਾਂ। ਜਿਹੜੇ ਸਾਡੇ ਸਿੱਖ ਫਿਲਾਸਫਰ ਨੇ, ਡਾਕਟਰ ਸਾਹਿਬ ਦਾ ਇਸ ਗੱਲ 'ਚ ਕੋਈ ਜਵਾਬ ਨਹੀਂ ਹੈ ਕਿਸੇ ਪਾਸੇ ਵੀ, ਜਿਸ ਧੜਕਦਾ ਦੇ ਨਾਲ ਤੇ ਜਿਸ ਬੇਖੌਫ ਹੋ ਕੇ ਉਹ ਗੱਲ ਕਰਦੇ ਹਨ ਪੰਥ ਦੀ, ਜਾਂ ਲੋਕਾਂ ਨੂੰ ਜਿਹੜਾ ਕੋਈ ਵੀ ਦੁਨੀਆਂ ਤੇ ਘਟਨਾ ਵਾਪਰਦੀ ਹੈ ਉਹ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਸਿੱਖਾਂ ਤੇ ਕੀ ਅਸਰ ਪੈਂਦਾ ਹੈ, ਉਹ ਲੋਕਾਂ ਨੂੰ ਸੁਚੇਤ ਹੁੰਦੇ ਹਨ। ਜਦੋਂ ਸਾਡੇ ਸਿੱਖ ਸੁਚੇਤ ਹੋਣ ਲੱਗ ਗਏ, ਸੋਚਣ ਲੱਗ ਗਏ, ਮੈਂ ਪਿਛਲੇ ਸਮੇਂ ਦਾ ਆਪਦਾ ਪਰਸਨਲ ਐਕਸਪੀਰੀਅੰਸ ਦੇ ਸਕਦਾ ਹਾਂ ਕਿ ਇਸ ਚੀਜ਼ ਦਾ ਕੀ ਅਸਰ ਪਿਆ। ਜਿਹਨਾਂ ਲੋਕਾਂ ਨਾਲ ਕਦੀ ਖਾਲਿਸਤਾਨ ਦੀ ਗੱਲ ਕਰੀ ਦੀ ਸੀ, ਉਹ ਕੰਨ ਨਹੀਂ ਸੀ ਕਰਦੇ, ਅੱਜ ਜੋ ਹਿੰਦੁਸਤਾਨ 'ਚ ਘਟਨਾ ਹੋ ਰਹੀਆਂ ਨੇ, ਜੋ TV84 ਆਪਦਾ ਰੋਲ ਅਦਾ ਕਰ ਰਿਹਾ ਹੈ, ਲੋਕਾਂ ਤੱਕ ਗੱਲ ਪਹੁੰਚਾ ਰਿਹਾ ਵੀ ਭਾਈ ਸਾਨੂੰ ਕੀ ਲੋੜ ਹੈ। ਅੱਜ ਮੈਂ ਉਹ ਵੀ ਲੋਕ ਮੇਰੇ ਨਾਲ ਕਈ ਵਾਰੀ ਹੁਣ ਗੱਲ ਹੋਈ ਆ, ਉਹ ਕਹਿੰਦੇ ਵੀ ਵਾਕਿਆ ਹੀ ਸਾਨੂੰ ਹੁਣ ਆਪਦਾ ਦੇਸ਼ ਚਾਹੀਦਾ। ਇਹ TV84 ਨੇ ਇਹਦੇ ਵਿੱਚ ਬਹੁਤ ਹੀ ਵੱਡਾ ਰੋਲ ਅਦਾ ਕਰ ਰਿਹਾ ਹੈ ਤੇ ਇਸ ਨੂੰ ਹੋਰ ਅੱਗੇ ਲੈ ਕੇ ਜਾਣ ਦੀ ਲੋੜ ਹੈ। ਸੋ ਇਸ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ। ਜਿਹੜੀ ਲੜਾਈ ਅਸੀਂ ਮਿਲੀਅਨਸ ਡਾਲਰ ਲਾ ਕੇ ਨਹੀਂ ਖਰਚ ਸਕਦੇ, ਉਹ ਅਸੀਂ ਬੜੇ ਥੋੜੀ ਲਿਮਿਟ ਇਨਕਮ ਦੇ ਨਾਲ ਉਹਨੂੰ ਅਸੀਂ ਕਰ ਸਕਦੇ ਹਾਂ ਜੀ। ਗੁਰਦੇਵ ਸਿੰਘ ਜੀ, ਜਿੱਥੇ ਅਸੀਂ ਪ੍ਰਾਪਤੀਆਂ ਦੀ ਗੱਲ ਕਰਦੇ ਹਾਂ ਜਾਂ ਵਡਿਆਈ ਦੀ ਗੱਲ ਕਰਦੇ ਹਾਂ, ਤੁਹਾਡੇ ਮੂੰਹੋਂ ਸੁਣ ਕੇ ਕੰਨਾਂ ਨੂੰ ਚੰਗਾ ਵੀ ਲੱਗਦਾ, ਪਰ ਉਹਦੇ ਵਿੱਚ ਕਿਤੇ ਨਾ ਕਿਤੇ ਕੰਮ ਕਰਨ ਦੇ ਤਰੀਕਿਆਂ ਦੇ ਵਿੱਚ ਕਮੀਆਂ ਵੀ ਹੁੰਦੀਆਂ ਨੇ, ਇੰਪਰੂਵਮੈਂਟ ਲਈ ਥਾਂ ਵੀ ਹੁੰਦੀ ਹੈ। ਸੋ ਪਿਛਲੇ ਸਮੇਂ ਦੇ ਵਿੱਚ ਇਸੇ ਐਂਗਲ ਨੂੰ ਦੇਖਦਿਆਂ ਹੋਇਆਂ TV84 ਦੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਜਾਂ ਓਵਰਆਲ ਪ੍ਰੋਗਰਾਮਿੰਗ ਦੇ ਵਿੱਚ ਜਾਂ ਹੋਰ ਫੰਡ ਰੇਜ਼ਿੰਗ ਗਾਲਾ ਤੋਂ ਲੈ ਕੇ ਜੇ ਪਿਛਲੇ 5 ਸਾਲ ਦਾ ਸਮਾਂ ਅਸੀਂ ਦੇਖਣਾ ਹੋਵੇ, ਉਹਦੇ ਵਿੱਚ ਕੀ ਸਮਝਦੇ ਹੋ ਕਿੱਥੇ ਇੱਕ ਕਮੀ ਰਹੀ ਹੈ, ਕਿੱਥੇ ਇੰਪਰੂਵਮੈਂਟ ਦੀ ਲੋੜ ਹੈ, ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਦੇਖੋ, ਇੰਪਰੂਵਮੈਂਟ ਕਰਨ ਲਈ ਅਮਰਵੀਰ ਸਿੰਘ ਜੀ ਸਭ ਤੋਂ ਬੜੀ ਗੱਲ ਆ ਵੀ ਉਹ ਅਮਰੀਕਾ ਦੇ ਵਿੱਚ ਬੜੀ ਹਰ ਕੋਈ ਗੱਲ ਕਹਿੰਦਾ ਮਨੀ ਟਾਕ, ਕੋਈ ਵੀ ਇੰਪਰੂਵਮੈਂਟ ਕਰਨ ਲਈ ਤੁਹਾਨੂੰ ਉੱਥੇ ਪੈਸਿਆਂ ਦੀ ਲੋੜ ਹੈ। ਅੱਜ ਤੱਕ ਸਾਰੇ ਸਾਡੇ ਦਰਸ਼ਕ ਜਿਹੜੇ ਆ TV84 ਦੇ ਸੁਣੋਗੇ, ਰੋਜ਼ TV84 ਤੋਂ ਬੇਨਤੀਆਂ ਕੀਤੀਆਂ ਵੀ ਸਾਨੂੰ ਭਾਈ ਮਾਇਆ ਚਾਹੀਦੀ ਹੈ ਇਹਨੂੰ ਸਰਵਾਈਵ ਕਰਾਉਣ ਲਈ। ਜਿੱਦਣ ਸਾਡੇ ਕੋਲ ਫੰਡ ਪ੍ਰੋਪਰ ਹੋਣਗੇ, ਸੋਰਸ ਹੋਣਗੇ, ਇਹ ਇੱਕ ਪਲੇਟਫਾਰਮ ਹੈ ਜਿੱਥੋਂ ਆਉਣ ਵਾਲੇ ਜਿੰਨੇ ਸਾਡੇ ਚੰਗੇ ਚੰਗੇ ਆਉਣ ਵਾਲੇ ਯੂਨੀਵਰਸਿਟੀਆਂ ਦੇ ਚੰਗੇ ਬੱਚੇ ਨੇ, ਬੁਲਾਰੇ ਨੇ, ਚੰਗੇ ਚੰਗੇ ਉਹਨਾਂ ਨੂੰ ਅਸੀਂ ਸਟੇਜ ਪ੍ਰੋਵਾਈਡ ਕੀਤੀ ਜਾ ਸਕਦੀ ਹੈ। ਸਾਡੀਆਂ ਇੰਪਰੂਵ ਕਰਨ ਦੀ ਬਹੁਤ ਲੋੜ ਹੈ, ਪਰ ਜਿੰਨੇ ਜੋ ਕੁਛ ਹੋਇਆ
ਜਿੰਨੇ ਸਮੇਂ ਚ ਕਰ ਸਕੇ ਆ ਉਹ ਬਹੁਤ ਵਧੀਆ ਪ੍ਰਾਪਤੀਆਂ ਹਨ। ਬਾਕੀ ਸਾਨੂੰ ਇਹ ਕੋਈ ਵੀ ਆਪਣਾ ਜਿਹੜਾ ਵੀ ਉਹਦਾ ਸੈਲਫ ਅਨੈਲਿਸਿਸ ਜਿਹੜਾ ਉਹ ਸਾਨੂੰ ਹਰ ਵਾਰ ਹਰ ਮਹੀਨੇ ਹਰ 6 ਮਹੀਨਿਆਂ ਬਾਅਦ ਹਰ ਸਾਲ ਬਾਅਦ ਬੈਠ ਕੇ ਅਸੀਂ ਕਿੱਥੇ ਕਿੱਥੇ ਕੀ ਕੀ ਗਲਤੀਆਂ ਕੀਤੀਆਂ। ਜਦੋਂ ਕੋਈ ਡੁੱਬ ਗਲਤੀ ਉਹੀ ਕਰੇਗਾ ਜੋ ਕੁਛ ਕਰੇਗਾ ਜੀ, ਜਿਹਨੇ ਕੁਛ ਕਰਨਾ ਨੀ ਨੁਕਤਾਚੀਨੀ ਕਰਨੀ ਉਹ ਗਲਤੀ ਨਹੀਂ ਕਰੇਗਾ। ਕੋਈ ਵੀ ਗਲਤੀ ਹੋਈ ਹੋਊਗੀ ਉਹਨੂੰ ਹੋਰ ਇੰਪਰੂਵ ਕੀਤਾ ਜਾ ਸਕਦਾ ਹੈ। ਦਰਸ਼ਕ ਸਾਡੇ ਰੋਜ਼ ਦੇਖਦੇ ਨੇ ਤੇ ਉਹ ਆਪਦੀਆਂ ਖਿਆਲਾਤ ਜੋ ਉਹਨਾਂ ਦੇ ਨੇ ਜੋ ਉਹਨਾਂ ਦੀਆਂ ਵਿਚਾਰ ਨੇ ਉਹ TV84 ਨੂੰ ਹਮੇਸ਼ਾ ਹੀ ਭੇਜਦੇ ਨੇ। ਮੈਂ ਤਾਂ ਬੜਾ ਪੋਜ਼ਿਟਿਵ ਮੇਰਾ ਤਾਂ ਇਹਦੇ ਬਾਰੇ ਵਿਚਾਰ ਹੈਗਾ, ਮੇਰਾ ਇਹਦੇ ਬਾਰੇ ਜਿਹੜਾ ਆਪ ਦੀ ਮੇਰੀ ਜਿਹੜੀ ਸੋਚ ਆ ਉਹ ਬੜੀ ਪੋਜ਼ਿਟਿਵ ਆ ਜੀ। ਵੀ ਅਸੀਂ ਜਿੰਨੇ ਸਮੇਂ ਚ ਜਿੰਨੇ ਕਸੂਸ ਨਾਲ ਜੋ ਕੁਛ ਪ੍ਰਾਪਤ ਕੀਤਾ ਆ ਇਹ ਰਿਮਾਰਕੇਬਲ ਆ ਜੀ। ਤੇ ਖਾਸ ਤੌਰ ਤੇ ਗੁਰਦੇਵ ਸਿੰਘ ਜੀ, ਤੁਸੀਂ ਯੂਥ ਦੀ ਇਨਵੋਲਵਮੈਂਟ ਦੀ ਗੱਲ ਕੀਤੀ ਸੀ ਕਿ ਇਸ ਦੇ ਨਾਲ ਇਸ ਪਲੈਟਫਾਰਮ ਦੇ ਨਾਲ ਯੂਥ ਜੁੜਿਆ ਵੀ ਹੋਇਆ ਤੇ ਫੰਡ ਰੇਜ਼ਿੰਗ ਗਾਲਾ ਦੇ ਵਿੱਚ ਯੂਥ ਦੀ ਸ਼ਮੂਲੀਅਤ ਵੀ ਸੀ। ਸੋ ਯੂਥ ਦੇ ਐਂਗਲ ਤੋਂ ਇਸ ਸਾਰੇ ਪਾਰਟ ਨੂੰ ਤੁਸੀਂ ਕਿਵੇਂ ਦੇਖਦੇ ਹੋ, ਯੂਥ ਨੂੰ ਨਾਲ ਜੋੜਨ ਦੇ ਲਈ ਕੌਜ਼ ਦੇ ਹਵਾਲੇ ਦੇ ਨਾਲ ਤੇ ਨਾਲ ਹੀ ਜਦੋਂ ਅਸੀਂ ਇੱਕ ਅਵੇਅਰਨੈਸ ਦੀ ਗੱਲ ਕਰਦੇ ਹਾਂ, ਕਿੰਨੀ ਕੁ ਅਵੇਅਰਨੈਸ ਸਮਝਦੇ ਹੋ ਇਸ ਪਾਰਟ ਤੋਂ, ਇਸ ਪਲੈਟਫਾਰਮ ਤੋਂ ਯੂਥ ਨੂੰ ਨਾਲ ਜੋੜ ਕੇ ਅੱਗੇ ਕੰਮ ਕਰਨ ਦੇ ਵਿੱਚ ਤੇ ਸਿੱਖ ਕੌਜ਼ ਨੂੰ ਅੱਗੇ ਪ੍ਰਮੋਟ ਕਰਨ ਦੇ ਵਿੱਚ? ਦੇਖੋ, ਇੱਥੇ ਸਾਨੂੰ ਕਾਫੀ ਇੰਪਰੂਵਮੈਂਟ ਕਰਨ ਦੀ ਲੋੜ ਹੈ। ਸਾਡੇ ਕੋਲ ਅਜੇ ਉਹ ਅਸੀਂ ਜਿਹੜੇ ਕਹਿ ਲਓ ਕਿ ਅਸੀਂ ਜੋ ਪੰਜਾਬ ਤੋਂ ਆਏ ਹੋਏ ਹਾਂ ਜਾਂ ਇੱਥੇ ਕਾਫੀ ਮਚੋਰ ਹੈ, ਸਾਡੇ ਕੋਲ ਇਹੋ ਜਿਹੇ ਪ੍ਰੋਗਰਾਮ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ ਜਿਹੜੇ ਕਿ ਅਸੀਂ ਬਿਲਕੁਲ ਯੂਥ ਨੂੰ ਦਿੱਤੇ ਜਾਣ ਵੀ ਤੁਸੀਂ ਇਸ ਟੌਪਿਕ ਤੇ ਆ ਕੇ ਡਿਸਕਸ਼ਨ ਹੋਵੇ, ਜਿਹਨੂੰ ਯੂਥ ਦੇਖੇ ਜਿਹੜਾ ਜਿਹਦੇ ਚ ਯੂਥ ਦਾ ਇੰਟਰਸਟ ਬਣੇ ਜੀ। ਅਸੀਂ ਯੂਥ ਦਾ ਇੰਟਰਸਟ ਬਣ ਰਿਹਾ ਹੈ ਥੋੜਾ ਥੋੜਾ ਕਰਕੇ, ਸਾਨੂੰ ਉਹਦੇ ਲਈ ਪ੍ਰੋਗਰਾਮ ਲਿਖਣੇ ਪੈਣਗੇ ਵੀ ਯੂਥ ਨੂੰ ਅਸੀਂ ਕਿਹੋ ਜਿਹਾ ਪ੍ਰੋਗਰਾਮ ਦੇਈਏ, ਯੂਥ ਕਿਵੇਂ ਇਨਵੋਲਵ ਹੋਵੇ ਵਿੱਚ। ਉਹਦੇ ਲਈ ਕਰਨ ਲਈ ਸਾਨੂੰ ਯੂਥ ਲਈ ਕੋਈ ਸਾਡੇ ਜਿਹੜੇ ਆਉਣ ਵਾਲੇ ਬੱਚੇ ਜਿਹੜੇ ਦੇਖੋ ਪਿਛਲੇ ਸਮੇਂ ਚੋਂ ਸਿੱਖਾਂ ਨੇ ਪਿਛਲੇ 20 ਸਾਲ ਚ ਜੋ ਮੈਂ ਦੇਖਦਾ ਬਹੁਤ ਪ੍ਰਾਪਤੀਆਂ ਕੀਤੀਆਂ ਨੇ ਜੀ। ਉਸਨੇ ਜੇ ਅੱਜ TV84 ਜਿੰਨਾ ਕੁ ਚੱਲਦਾ ਉਹ ਜਿਹੜੇ ਸਿੱਖ ਹਿਰਦੇ ਆ ਜਿਹੜੇ ਪੰਥ ਦੇ ਚੜ੍ਹਦੀ ਕਲਾ ਨੂੰ ਵਧੇਈ ਨੇ ਉਹਨਾਂ ਦੀ ਸਪੋਰਟ ਨਾਲ ਹੈ ਸਭ ਕੁਛ, ਪਰ ਇਹਨਾਂ ਦੇ ਨਾਲ ਨਾਲ ਸਾਨੂੰ ਨਵੀਂ ਜਨਰੇਸ਼ਨ ਨੂੰ ਕਿਵੇਂ, ਜੇ ਅੱਜ ਹਿੰਦੁਸਤਾਨ ਦੀ ਏਜੰਸੀਆਂ ਨੂੰ ਕੋਈ ਇੱਥੋਂ ਉਹਨਾਂ ਨੂੰ ਭੈ ਆਉਂਦਾ ਹੈ ਤਾਂ ਉਹ ਜਿਹੜੇ ਸਾਡੇ ਵਰਗੇ ਹੁਣ ਜਿਹੜੇ ਕਹੋ ਵੀ ਗਏ ਗੁਜ਼ਰੇ ਆ ਉਹਨਾਂ ਤੋਂ ਘੱਟ ਆਉਂਦਾ ਹੈ, ਨਵੀਂ ਜਨਰੇਸ਼ਨ ਤੋਂ ਜ਼ਿਆਦਾ ਹੈ। ਉਹ ਨਵੀਂ ਜਨਰੇਸ਼ਨ ਇੱਥੇ ਦੀ ਇਸ ਗੱਲ ਨੂੰ ਸਮਝਦੀ ਹੈ ਕਿ ਉਹ ਇੱਥੇ ਦੀ ਉਹਨਾਂ ਦੀ ਲੈਂਗੁਏਜ ਕਮਾਂਡ ਹੈ, ਉਹ ਇਸ ਸਿਸਟਮ ਨੂੰ ਸਮਝਦੇ ਹਨ, ਕੰਮ ਕਰਨ ਦਾ ਤਰੀਕਾ ਹੈ ਉਹਨਾਂ ਕੋਲੇ। ਸੋ ਉਹਨੂੰ ਜੋੜਨ ਲਈ ਸਾਨੂੰ ਹੋਰ ਪ੍ਰੋਗਰਾਮ ਉਡੀਕਣ ਦੀ ਬੜੀ ਲੋੜ ਆ, ਸਖ਼ਤ ਲੋੜ ਆ। ਪਰ ਇਹ ਸਾਰਾ ਕੁਛ ਜੁੜਿਆ ਹੋਇਆ, ਸਭ ਕੁਛ ਪੈਸੇ ਨਾਲ ਜੁੜਿਆ ਹੋਇਆ, ਕਿਉਂਕਿ ਜਿਉਂ ਵੀ ਹੋਰ ਪ੍ਰੋਗਰਾਮ ਲਿਖਣੇ ਨੇ ਕਰਨੇ ਨੇ ਉਹਦੇ ਲਈ ਮਾਇਆ ਦੀ ਲੋੜ ਆ। ਤੇ ਜਿਉਂ ਜਿਉਂ ਮੇਰੇ ਖਿਆਲ ਡਾਕਟਰ ਸਾਹਿਬ ਤੁਸੀਂ ਸਾਰੀ ਟੀਮ ਇਸ ਗੱਲ ਲਈ ਪੂਰੇ ਅਗਰੈਸਿਵ ਹੋ, ਜਿਉਂ ਜਿਉਂ ਮਾਇਆ ਆਏਗੀ ਤਿਉਂ ਤਿਉਂ ਸਾਡੇ ਹੋਰ ਬੁਲੰਦੀਆਂ ਨਾਲ ਜਾਵਾਂਗੇ ਅਸੀਂ। ਪਰ ਇਹ ਗੱਲ ਸਾਰੀ ਮਾਇਆ ਦੀ ਵੀ ਬਹੁਤ ਜ਼ਰੂਰ ਹੈ ਸਭ ਕਹਿ ਅੱਗੇ ਲੈ ਕੇ ਤੋਰਨ ਲਈ। ਸਾਡੇ ਕੋਲ ਇਹ ਨੀ ਸਿੱਖਾਂ ਕੋਲ ਵਿਦਵਾਨਾਂ ਦੀ ਕਮੀ ਨੀ, ਸਿੱਖਾਂ ਕੋਲ ਸਾਡੇ ਬੱਚੇ ਜਦੋਂ ਕਿਤੇ ਗੱਲ ਕਰੀ ਦੀ ਮੈਂ ਤਾਂ ਬੜਾ ਸਰਪ੍ਰਾਈਜ਼ ਹੁੰਦਾ ਕਿ ਉਹਦੀ ਸੋਚ ਜਿਹੜੀ ਜ਼ਬਰਦਸਤ ਸੋਚ ਆ ਉਹਨਾਂ ਕੋਲ, ਇਹ ਜਿਹੇ ਆਈਡੀਆਜ਼ ਹੈਗਾ ਨੇ। ਪਰ ਸਾਨੂੰ ਇਹ ਵੀ ਲੋਕਾਂ ਤੱਕ ਪਹੁੰਚਦੇ ਕਿਵੇਂ ਕਰਨੇ ਆ, ਯੂਥ ਨੂੰ ਜੋੜਨਾ ਕਿਵੇਂ ਆ, ਉਹ ਸਾਡੇ ਕੋਲ ਪਲੇਟਫਾਰਮ ਬਣ ਗਿਆ ਹੈ, ਉਹਨੂੰ ਅਸੀਂ ਯੂਜ਼ ਕਰ ਲਈ। ਆਉਣ ਵਾਲੇ ਸਮੇਂ ਚ ਗੁਰੂ ਕਿਰਪਾ ਕਰੇ ਸਿੱਖ ਸੰਗਤਾਂ ਵੱਧ ਤੋਂ ਵੱਧ ਮਾਈਕ ਸਹਾਇਤਾ ਕਰਨ TV84 ਦੀ ਤੇ ਅਸੀਂ ਹੋਰ ਪ੍ਰੋਗਰਾਮ TV84 ਲਈ ਜੀ। ਬਿਲਕੁਲ ਗੁਰਦੇਵ ਸਿੰਘ ਜੀ, ਇੱਕ ਜਿੱਥੇ ਅਸੀਂ ਮਾਇਕ ਸਹਾਇਤਾ ਦੀ ਇੱਥੋਂ ਵੀ ਅਪੀਲ ਕਰਦੇ ਹਾਂ, ਤੁਸੀਂ ਵੀ ਵਾਰ ਵਾਰ ਇਸੇ ਪਾਰਟ 'ਤੇ ਸਟ੍ਰੈਸ ਕਰ ਰਹੇ ਹੋ, ਪਰ ਇੱਥੇ ਹੀ ਇੱਕ ਸੰਗਤਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਉਣ ਦੀ ਵੀ ਲੋੜ ਹੁੰਦੀ ਹੈ ਜਾਂ ਦਰਸ਼ਕਾਂ ਨੂੰ ਇਸ ਗੱਲ ਤੋਂ ਉਹਨਾਂ ਨੂੰ ਦੱਸਣ ਦੀ ਵੀ ਲੋੜ ਹੁੰਦੀ ਹੈ ਵੀ TV84 ਜਾਂ ਜਿਹੜਾ ਪੰਥਕ ਮੀਡੀਆ ਹੈ ਉਹ ਬਾਕੀ TV ਸਟੇਸ਼ਨਸ ਨਾਲੋਂ, TV ਚੈਨਲਸ ਨਾਲੋਂ, ਇੰਡੀਅਨ ਮੀਡੀਆ ਨਾਲੋਂ, ਬਾਕੀ ਦੇ ਮੀਡੀਆ ਨਾਲੋਂ ਕਿਵੇਂ ਵੱਖਰਾ। ਸੋ ਇਹਦੀਆਂ ਕੁਛ ਐਗਜ਼ੈਂਪਲਸ ਵੀ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਅੱਜ ਦੀ ਹੀ ਗੱਲ ਹੈਗੀ ਹੈ, ਪਿਛਲੇ 2-3 ਦਿਨਾਂ ਦੇ ਵਿੱਚ ਇੱਕ ਖਬਰ ਬੜੀ ਪਾਪੂਲਰ ਹੋਈ ਹੈ, ਮੀਡੀਆ ਦੇ ਵਿੱਚ ਵੀ ਸੁਰਖੀਆਂ ਬਣੀ ਹੈ ਕਿ ਪਾਕਿਸਤਾਨ ਦੇ ਵਿੱਚੋਂ ਇੱਕ ਖਬਰ ਆ ਰਹੀ ਹੈ ਜਿੱਥੇ ਸਿੱਖਾਂ ਨੂੰ ਧਰਮ ਤਬਦੀਲ ਕਰਨ ਦਾ ਉਹਨਾਂ 'ਤੇ ਜ਼ੋਰ ਪਾਇਆ ਜਾ ਰਿਹਾ ਹੈ, ਇੱਦਾਂ ਦਾ ਪ੍ਰਚਾਰ ਮੀਡੀਆ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਜਦੋਂ ਤੁਸੀਂ ਉਹਦੀਆਂ ਡਿਟੇਲਸ ਦੇ ਵਿੱਚ ਜਾ ਕੇ ਦੇਖਦੇ ਹੋ, ਉਹ ਅੱਜ ਹੀ ਦੇਖਣ ਨੂੰ ਮਿਲ ਰਿਹਾ ਕਿ ਉੱਥੇ ਪਾਕਿਸਤਾਨ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਹੈ ਉਹਨਾਂ ਨੇ ਉਹਦੇ 'ਤੇ ਫੋਰਨ ਐਕਟ ਕੀਤਾ ਅਤੇ ਉਹਨਾਂ ਦੀ ਪ੍ਰੋਪਰ ਸੁਣਵਾਈ ਕਰਕੇ ਜਿਹੜੇ ਉਹਦੇ ਲਈ ਰਿਸਪੋਂਸੀਬਲ ਸੀਗੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਬੰਦੇ ਉਹਨਾਂ ਨੂੰ ਬਰਖਾਸਤ ਵੀ ਕੀਤਾ ਜਾ ਚੁੱਕਿਆ। ਪਰ ਜਿਹੜਾ ਨੈਰੇਟਿਵ ਹੈਗਾ ਉਹ ਇੰਡੀਅਨ ਮੀਡੀਆ ਵੱਲੋਂ ਜਾਂ ਬਾਕੀ ਮੀਡੀਆ ਵੱਲੋਂ ਕਿਵੇਂ ਪ੍ਰਚਾਰ ਕੀਤਾ ਜਾ ਰਿਹਾ,
ਤੇ ਉੱਥੇ TV84 ਦਾ ਕੀ ਸਟੈਂਡ ਹੈ, ਇਹ ਆਪਣੇ ਆਪ ਦੇ ਵਿੱਚ ਦੋ ਵੱਖਰੀਆਂ ਗੱਲਾਂ ਨੇ। ਸੋ ਇਸ ਐਂਗਲ ਤੋਂ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਜਿਹੜਾ TV84 ਦਾ ਕੰਮ ਹੈ ਉਹ ਬਾਕੀ ਚੈਨਲਸ ਦੇ ਮੁਤਾਬਕ ਉਹਨਾਂ ਨਾਲ ਕੰਪੇਅਰ ਕਰਦਿਆਂ ਕਿਵੇਂ ਵੱਖਰਾ ਹੈ? ਮੈਨੂੰ ਬੜਾ ਭਲੀ ਭਾਂਤਮਾ ਜਾਣਦਾ ਹਾਂ ਕਿ ਜਦੋਂ ਕੋਈ ਚੈਨਲ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਜਦੋਂ ਤੁਰੇ ਸਨ ਤਾਂ ਉਹਨਾਂ ਬੜੀ ਪੰਥਕ ਸੁਰ ਰੱਖੀ ਤੇ ਜਿਉਂ ਹੀ ਉਸ ਪੰਥਕ ਸੁਰ ਦਾ ਮੇਰੇ ਆਪ ਦੀ ਫੀਲਿੰਗ ਹੈ ਕਿ ਜਿਉਂ ਹੀ ਉਹਦਾ ਮੁੱਲ ਪਿਆ ਤੇ ਉਹਨਾਂ ਨੇ ਟਰਨ ਮਾਰ ਲਈ। TV84 ਦੀ ਇਹ ਖੂਬੀ ਆ ਕਿ ਪੰਥਕ ਚੈਨਲ ਆ ਤੇ ਪੰਥਕ ਗੱਲ ਕਰਦਾ ਤੇ ਸਿੱਖਾਂ ਦੀ ਗੱਲ ਨੂੰ ਅੱਗੇ ਲੈ ਕੇ ਤੁਰ ਰਿਹਾ, ਤਾਂ ਇਹ ਉਹ ਬਕਾਊ ਮਾਲ ਨੇ ਜਿਹੜਾ ਕਿ ਬਾਕੀ ਹੈ। ਬਾਕੀ ਪਾਕਿਸਤਾਨ ਦੀ ਗੱਲ, TV84 ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਸਾਡੇ ਜਿਹੜੇ ਲਹਿੰਦੇ ਪੰਜਾਬ ਦੇ ਵਿੱਚ ਮੁਸਲਮਾਨ ਭੈਣ ਭਰਾ ਵੇਖਿਆ, ਸਾਡੀ ਨੇੜਤਾ ਜਿਹੜੀ 47 ਤੋਂ ਬਾਅਦ ਕੜੱਤਣ ਖਤਮ ਹੋ ਕੇ ਪਿਆਰ ਵਧਿਆ ਜ਼ਿਆਦਾ। ਮੈਂ ਇੱਕ ਛੋਟੀ ਐਗਜ਼ਾਮਪਲ, ਮੇਰੇ ਕਜ਼ਨ ਆਏ ਸਨ ਪੰਜਾਬ ਆਕੂਪਾਈਡ ਬਾਈ ਹਿੰਦੁਸਤਾਨ, ਉਹ ਮੈਨੂੰ ਦੱਸ ਰਹੇ ਉਹ ਪਾਕਿਸਤਾਨ ਵਿਜ਼ਿਟ ਕਰਨ ਗਏ ਤੇ ਉਹ ਕਿਸੇ ਚੰਗੇ ਬੜੇ ਸੁਥਰੇ ਰੈਸਟੋਰੈਂਟ 'ਚ ਖੜ ਕੇ ਤੇ ਉਹ ਪ੍ਰਾਈਸ ਦੇਖਣ ਲੱਗ ਪਏ ਜਿੱਥੇ ਲੱਗੀ ਸੀ, ਤਾਂ ਅੰਦਰੋਂ ਓਨਰ ਉੱਠ ਕੇ ਆਏ ਮੁਸਲਮਾਨ ਭਰਾ। ਉਹਨਾਂ ਨੇ ਆਖਿਆ, ਸਰਦਾਰ ਸਾਹਿਬ ਇਹ ਪ੍ਰਾਈਸ ਤੁਹਾਡੇ ਲਈ ਨਹੀਂ, ਤੁਸੀਂ ਅੰਦਰ ਆ ਜਾਓ, ਤੁਸੀਂ ਸਾਡੇ ਮਹਿਮਾਨ ਨੂੰ, ਇਹ ਪ੍ਰਾਈਸ ਤੁਹਾਡੇ ਨਹੀਂ। ਕਹਿੰਦੇ ਉਹਨਾਂ ਪੈਸਾ ਵੀ ਕੋਈ ਨਹੀਂ ਲਿਆ ਤੇ ਇੰਨਾ ਰੱਜ ਕੇ ਸਤਿਕਾਰ ਦਿੱਤਾ, ਜੇ ਕਿਸੇ ਅੱਜ ਸਿੱਖ ਦਾ ਸਤਿਕਾਰ ਹੈ ਤਾਂ ਉਹ ਲੈਂਦੇ ਪੰਜਾਬ ਪਾਕਿਸਤਾਨੀ ਪੰਜਾਬ 'ਚ। ਸੋ ਇਹ ਜਿਹੜਾ ਸਾਡਾ ਹਿੰਦੁਸਤਾਨ ਦਾ ਮੀਡੀਆ ਇਸ ਨੂੰ ਬਣਾ ਕੇ ਹੋ ਰਿਹਾ ਵੀ ਉੱਥੇ ਆਹ ਹੋ ਗਿਆ, ਉਹ ਉਹਨਾਂ ਨੇ ਤੁਰੰਤ ਉਹ 'ਤੇ ਐਕਟ ਕੀਤਾ ਆ। ਤੇ ਸਾਡਾ ਜਿਹੜਾ ਹਿੰਦੁਸਤਾਨ ਦਾ ਜਿਹੜੀ ਇਹਨੂੰ ਗੱਲ ਕਰ ਰਿਹਾ ਵੀ ਪਾਕਿਸਤਾਨ 'ਚ, ਉਹ ਪਿਛਲੇ 40-45 ਸਿੱਖਾਂ ਦੇ ਕੇਸ ਬਣਾ ਕੇ ਜੱਗੀ ਦਾ ਕੇਸ ਬਣਾ ਕੇ ਉਹ ਕੀ ਕਰ ਰਿਹਾ, ਉਹ ਕਿਸ ਤੋਂ ਲੁਕਿਆ ਹੋਇਆ? ਸਾਨੂੰ ਲੋੜ ਇਸੇ ਗੱਲ ਦੀ ਆ ਵੀ ਜਦ ਤੱਕ ਜੇ ਸਾਡੀ ਗੱਲ ਕਹੀ ਦਾ ਹਿੰਦੁਸਤਾਨ ਦਾ ਮਿਡ ਮੀਡੀਅਨ ਤਕਲੀਫ ਹੁੰਦੀ ਆ, ਮੇਨ ਮੀਡੀਅਨ ਨੂੰ ਉਹ ਚੀਕਾਂ ਮਾਰਦਾ, ਤਾਂ ਇਹ ਸੋਚ ਲਓ ਕਿ ਸਾਡਾ ਜਿਹੜਾ ਤੀਰ ਆ ਉਹ ਬਿਲਕੁਲ ਧੁਨੀ 'ਚ ਲੱਗ ਰਿਹਾ। ਇਹ ਜਿਹੜਾ TV84 ਆ ਆਪਦਾ ਫਰਜ਼ ਅਦਾ ਕਰ ਰਿਹਾ, ਸਾਨੂੰ ਧੜਕ ਹੋ ਕੇ ਚੱਲਣਾ ਚਾਹੀਦਾ ਹੈ। ਬਾਕੀ ਜਿੰਨੇ ਮੀਡੀਏ ਆ ਇਹ ਸਭ, ਇਹ ਤਾਂ ਕਈ ਵਾਰੀ ਬਹੁਤੀ ਵਾਰੀ ਆਪਾਂ ਦੇਖਿਆ ਇੱਥੇ ਪ੍ਰਿੰਟ ਮੀਡੀਆ ਹੈਗਾ ਆ, ਉਹ ਇੱਕ ਦਿਨ ਨਿਊਜ਼ ਲਾਉਂਦਾ, ਤੁਸੀਂ ਕਰ ਵੀ ਤੁਸੀਂ ਕਿਲਾਏ ਬੰਦਾ ਤੁਸੀਂ ਵੀ ਸਾਨੂੰ ਦੇ ਦਿਓ, ਤੁਹਾਡੀ ਵੀ ਲਾ ਦਿਆ, ਉਹਨਾਂ ਦਾ ਰੋਟੀ ਰੋਜੀ ਤੱਕ ਮਸਲਾ। TV84 ਦਾ ਰੋਟੀ ਰੋਜੀ ਦਾ ਮਸਲਾ ਨਹੀਂ, TV84 ਦਾ ਮਸਲਾ ਹੈ ਪੰਥ ਕਰਦਾ ਜੀ। ਤੇ ਜਦ ਤੱਕ ਸਿੱਖ ਦਾ ਭਰੋਸਾ ਗੁਰੂ ਤੇ ਰਹੇਗਾ, ਟੇਕ ਗੁਰੂ ਤੇ ਰਹੇਗੀ, ਤੇ ਹੌਸਲੇ ਗੁਰੂ ਚੜ੍ਹਦੀ ਕਲਾ 'ਚ ਰਹਿਣਗੇ, ਗੁਰੂ ਕਿਰਪਾ ਕਰੇਗਾ, ਅੱਗੇ ਹੋਰ ਵਧੇਗਾ ਜੀ। ਸੋ ਅੰਤ ਦੇ ਵਿੱਚ ਗੁਰਦੇਵ ਸਿੰਘ ਜੀ, ਜਿੱਥੇ ਅਸੀਂ ਇਹ ਸਾਰੇ ਪਾਠ ਤੇ ਵਿਚਾਰਾਂ ਦੀ ਸਾਂਝ ਤੁਸੀਂ ਪਾਈ ਹੈ, ਅੰਤ ਦੇ ਵਿੱਚ ਦਰਸ਼ਕਾਂ ਦੇ ਲਈ ਜਿਹੜੇ ਸਾਡੇ ਨਾਲ ਇਸ ਵਕਤ ਵੱਖ ਵੱਖ ਮਾਧਿਅਮਾਂ ਰਾਹੀਂ ਜੁੜੇ ਹੋਏ ਆ, ਉਹਨਾਂ ਦੇ ਲਈ ਇਸ ਪਲੇਟਫਾਰਮ ਤੋਂ ਕੀ ਸੁਨੇਹਾ ਤੁਸੀਂ ਦੇਣਾ ਚਾਹੋਗੇ, ਕੀ ਕਹਿਣਾ ਚਾਹੋਗੇ ਉਹਨਾਂ ਨੂੰ ਜਿੱਥੇ ਇਸ ਸਾਰੇ TV84 ਦੀ ਇੰਪੋਰਟੈਂਸ ਦੀ ਗੱਲ ਕੀਤੀ ਹੈ ਤੇ ਨਾਲ ਨਾਲ ਮਾਈਕ ਸਹਾਇਤਾ ਲਈ ਵੀ ਅਪੀਲ ਕੀਤੀ ਹੈ, ਕੀ ਮੈਸੇਜ ਦੇਣਾ ਚਾਹੋਗੇ ਦਰਸ਼ਕਾਂ ਨੂੰ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ? ਮੈਂ ਇੱਕ ਬੜੀ ਛੋਟੀ ਜਿਹੀ ਗੱਲ, ਮੈਂ ਇਹ May 84, May 21 ਦੀ ਗੱਲ ਆ, ਜਦੋਂ ਭਾਈ ਅਮਰੀਕ ਸਿੰਘ, ਮੈਂ ਦੱਸਣਾ ਬੜਾ ਜ਼ਰੂਰੀ ਸਮਝਦਾ ਜੋ ਆ ਸਾਡੇ ਪੰਥ 'ਚ ਹਾਲਾਤ ਚੱਲ ਰਹੇ ਨੇ। ਸੰਤਾਂ ਕੋਲੇ ਦਾਸ ਵੀ ਨਾਲ ਸੀ, ਸੰਤ ਜਰਨੈਲ ਸਿੰਘ ਜਦੋਂ ਅਕਾਲ ਤਖ਼ਤ ਤੇ ਸਨ, ਭਾਈ ਅਮਰੀਕ ਸਿੰਘ ਨੂੰ ਬੇਨਤੀ ਕੀਤੀ, ਸਾਰੇ ਸਿੰਘ ਇਕੱਠੇ ਹੋ ਕੇ ਕਾਫੀ ਅਸੀਂ ਗਏ ਬੇਨਤੀ ਕਰੀਏ ਸੰਤਾਂ ਨੂੰ ਕਿ ਜੇ ਇੱਥੇ ਅਟੈਕ ਹੁੰਦਾ, ਗੱਲ ਕਲੀਅਰ ਹੋ ਗਈ ਸੀ ਵੀ ਤੁਸੀਂ ਇੱਥੋਂ ਬਾਹਰ ਨਿਕਲ ਕੇ ਕੌਮ ਦੀ ਅਗਵਾਈ ਕਰ ਸਕੋ। ਖੈਰ ਸੰਤਾਂ ਨੇ ਉਹ ਚੜ੍ਹਦੀ ਕਲਾ 'ਚ ਕਹੇ ਵੀ ਇਹ ਗੱਲ ਨਹੀਂ ਹੋਣੀ। ਪਹਿਲੀ ਗੱਲ ਤਾਂ ਵੀ ਮੇਰੇ ਅਕਾਲੀ ਭਰਾਵਾਂ ਨੇ ਮੈਨੂੰ ਇਸ ਗੱਲ ਇਹ ਨਹੀਂ ਛੱਡਣਾ ਕਿ ਸਾਧ ਆਪ ਗਾਨੇ ਪੁੱਤ ਮਰਵਾ ਕੇ ਆਪ ਭੱਜ ਗਿਆ। ਜਿਹੜੀ ਮੇਨ ਗੱਲ ਮੈਂ ਕਹਿਣੀ ਚਾਹੁੰਦਾ ਕਿ ਇਹਦੇ ਮੇਨ ਟਾਈਮ ਇੱਕ ਸਿੰਘ ਆਏ ਉੱਥੇ, ਉਹਨਾਂ ਨੇ ਆ ਕੇ ਗੱਲ ਕਰਦਿਆਂ ਕਿ ਵੀ ਬਾਬਾ ਜੀ ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ, ਦਸਮ ਗ੍ਰੰਥ ਨੂੰ ਕਿੱਦਾਂ ਮੰਨਣਾ ਚਾਹੀਦਾ ਕਿ ਨਹੀਂ ਮੰਨਣਾ। ਸੰਤਾਂ ਨੇ ਦੋ ਲਫ਼ਜ਼ਾਂ 'ਚ ਕੰਸਰ ਕੀਤਾ ਸੀ ਜਿਹੜਾ ਸਾਡੇ ਸਭ ਲਈ ਬਹੁਤ ਜ਼ਰੂਰੀ ਆ ਅੱਜ ਦੇ ਸਮੇਂ 'ਚ। ਸੰਤਾਂ ਨੇ ਕਿਹਾ ਸਿੱਖੋ ਵੱਡੀ ਆਜ਼ਾਦੀ ਦੀ ਲੜਾਈ ਜਿੱਤ ਲਓ, ਇਹ ਸਾਡੇ ਅੰਦਰੂਨੀ ਮਸਲੇ ਆ, ਜਦੋਂ ਮਰਜ਼ੀ ਬੈਠ ਕੇ ਨਜਿੱਠ ਲਾਂਗੇ, ਜਦੋਂ ਸਾਡੇ ਕੋਲ ਤਾਕਤ ਆਪਣੀ ਹੋਈ ਤੇ ਅਸੀਂ ਆਪਦੇ ਫੈਸਲੇ ਨਜਿੱਠ ਲਾਂਗੇ। ਇਸ ਵੇਲੇ ਸਾਨੂੰ, ਮੈਂ ਕੌਮ ਦੇ ਇਹ ਬੇਨਤੀ ਹੈ ਮੇਰੀ ਵੀ, ਭਾਈ ਅਸੀਂ ਛੋਟੇ ਛੋਟੇ ਮਸਲਿਆਂ ਤੇ ਆਪਸ ਵਿੱਚ ਨਾ ਉਲਝੀਏ, ਵੱਡੀ ਲੜਾਈ ਕੌਮ ਦੀ ਆਜ਼ਾਦੀ ਦੀ ਜਿੱਤ ਲਈਏ, ਬਾਕੀ ਮਸਲੇ ਅਸੀਂ ਬੈਠ ਕੇ ਹੱਲ ਕਰ ਲਾਂਗੇ। ਸਾਨੂੰ ਗੁਰੂ ਨੇ ਇਹ ਗੱਲ ਦੱਸੀ ਆ ਮਸਲੇ ਕਿਵੇਂ ਹੱਲ ਕਰਨੇ ਆ। ਗੁਰੂ ਸਾਨੂੰ ਸਮਝਾ ਰਿਹਾ ਵੀ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁੱਧਾ ਦੂਰ ਕੋਲੇ ਬੁਲਾਏ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਫ਼ਾ ਵਿਛਾਏ। ਜਿੱਦਣ ਸਾਨੂੰ ਇਹ ਗੁਰੂ ਦੀ ਗੱਲ ਸਮਝ ਆਉਣ ਲੱਗ ਗਈ, ਇਹ ਮਸਲੇ ਤਾਂ ਸਾਡੇ ਕੋਲ ਵੱਡੀ ਗੱਲ ਨੀ, ਅਸੀਂ ਹੱਲ ਕਰ ਸਕਦੇ ਹਾਂ ਜੀ। ਸੋ ਇਸ ਵੇਲੇ ਕੌਮ ਨੂੰ ਇਹ ਬੇਨਤੀ ਆ ਵੀ ਭਾਈ ਇਕੱਠੇ ਹੋ ਜਾਓ, ਬਾਕੀ ਕੋਈ ਵੀ ਮਸਲੇ ਪਿੱਛੇ ਛੱਡ ਦਿਓ, ਇੱਕੋ ਹੀ ਮਸਲਾ ਸਾਡਾ ਇਸ ਵੀ ਸਿੱਖ ਕੌਮ ਨੇ ਆਜ਼ਾਦੀ ਲੈਣੀ ਆ।
ਹਰ ਸਿੱਖ ਦੇ ਮਨ ਚ ਇਹ ਗੱਲ ਬਸਣੀ ਚਾਹੀਦੀ ਆ, ਇਹ ਤੋਂ ਬਿਨਾਂ ਸਾਡਾ ਗੁਜ਼ਾਰਾ ਨੀ ਗਾ। ਚਾਹੇ ਅੱਜ ਮੰਨ ਲਈਏ, ਕਈ ਸਾਡੇ ਭੈਣ ਭਰਾ ਪਹਿਲਾਂ ਇਹ ਗੱਲ ਕਹਿੰਦੇ ਸੀਗੇ ਵੀ ਭਾਈ ਬੜਾ ਸੋਹਣਾ ਸਭ ਕੁਛ ਚੱਲਦਾ, ਹੁਣ ਤਾਂ ਭਾਈ ਕਿਸੇ ਨੂੰ ਵੀ ਕੋਈ ਇਸ ਗੱਲ ਚ ਸ਼ੰਕਾ ਨਹੀਂ ਆ ਰਿਹਾ, ਸਭ ਓਪਨਲੀ ਕਹਿ ਰਹੇ ਵੀ ਅਸੀਂ ਸਭ ਨੂੰ ਹਿੰਦੂ ਬਣਾਉਣਾ ਆ। ਭਾਈ ਜੇ ਆਪਾਂ ਦੇਖ ਰਹੇ ਹਾਂ ਕਿ ਕੱਲ ਤੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵੀ ਹਫ਼ਤਾ ਚੱਲ ਰਿਹਾ ਹੈ, ਜਿਸ ਗੁਰੂ ਨੇ ਸਾਡੇ ਤੋਂ ਸਭ ਕੁਛ ਕੁਰਬਾਨ ਕਰਤਾ, ਆਪਦਾ ਪੰਥ ਬਣਾ ਕੇ ਸਾਨੂੰ ਬਾਈ ਸਭ ਕੁਛ ਕੁਰਬਾਨ ਕਰਕੇ ਦਿੱਤਾ, ਅਸੀਂ ਕਿਉਂ ਭਗੌੜੇ ਹੋ ਰਹੇ ਹਾਂ? ਆਓ ਗੁਰੂ ਕੇ ਸਿੱਖੋ, ਆਓ ਗੁਰੂ ਕੇ ਸੰਗਤੋ, ਇਕੱਠੇ ਹੋ ਕੇ ਹਮਲਾ ਮਾਰੀਏ। ਬਾਕੀ ਮੈਨੂੰ ਮਹਿਬੂਬ ਦੀਆਂ ਉਹ ਸਤਰਾਂ ਯਾਦ ਆਉਂਦੀਆਂ ਨੇ, ਬੇ ਉਹ ਬੜੀਆਂ ਸੋਹਣੀਆਂ ਸਤਰਾਂ ਉਹਨਾਂ ਦੀਆਂ ਹੈਗੀਆਂ ਨੇ, ਅਖੀਰਲੀਆਂ ਦੋ ਸਤਰਾਂ ਮੈਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ। ਮੂੰਹ ਜੋ ਸਮਾਂ ਨਾ ਕੌਮੇ ਮੇਰ ਸਕੇਗਾ ਤੈਨੂੰ, ਆਪਣੀ ਪੱਤ ਪਛਾਣ ਲਵੇ ਜੇ ਲੜ ਮਾਹੀ ਦੇ ਲੱਗ ਕੇ। ਸੋ ਜੇ ਗੁਰੂ ਦੇ ਲੜ ਲੱਗ ਕੇ ਤਾਂ ਪੰਥ ਦੀ ਚੜ੍ਹਦੀ ਕਲਾ ਲਈ ਆਪਾਂ ਕੰਮ ਕਰੀਏ, ਤੇ ਭਾਈ ਆਪਾਂ ਫਤਿਹ ਪ੍ਰਾਪਤ ਕਰਾਂਗੇ, ਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ੇਗਾ। ਮੈਂ ਇਹੋ ਹੀ ਬੇਨਤੀ ਖਿੱਚ ਕਰਾਂ ਵੀ ਭਾਈ ਵੱਧ ਤੋਂ ਵੱਧ ਮਾਇਆ ਤੋਂ ਬਿਨਾਂ ਕੋਈ ਮਸਲਾ ਹੱਲ ਨਹੀਂ ਹੁੰਦਾ। ਟੀ ਵੀ 84 ਨੂੰ ਜੇ ਸਾਡੇ ਲਈ ਕੋਈ ਕੋਈ ਪ੍ਰੋਬਲਮ ਨੀ, ਸਾਡੇ ਲਈ ਇੱਕ ਵਾਰੀ ਸਿਰਫ ਸਿੱਖਾਂ ਦੇ ਹਿਰਦਿਆਂ ਜੇ ਗੱਲ ਆ ਜਾਵੇ, ਆਪਾਂ ਇਹਨੂੰ ਕਾਮਯਾਬ ਕਰਨਾ ਆ, ਕੋਈ ਗੱਲ ਨਹੀਂ ਹੈਗੀ। ਜੀ ਬਿਲਕੁਲ ਗੁਰਦੇਵ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਅਤੇ ਇਹ ਸਾਰੇ ਇਸ਼ੂ ਦੇ ਉੱਪਰ ਆਪਣੇ ਵਿਚਾਰਾਂ ਦੀ ਸਾਂਝ ਸਾਡੇ ਨਾਲ ਦਰਸ਼ਕਾਂ ਦੇ ਨਾਲ ਪਾਈ ਹੈ। ਅੱਜ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਰ, ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਅਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ 'ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।